ਤੁਹਾਨੂੰ ਰਾਜਸਥਾਨ ਦਾ ਪਿੰਡ ਦਿਖਾਉਣੇ ਆ ਤੇ ਇੱਕ ਛੋਟੀ ਜਿਹੀ ਦੁਕਾਨਦਾਰੀ ਦਿਖਾਉਣੇ ਆ। ਡੀਜ਼ਲ ਵੀ ਦਿੰਦੇ ਆ, ਕੀ ਰੇਟ ਦਿੰਦੇ ਆ ਡੀਜ਼ਲ? ਡੀਜ਼ਲ ਕੀ ਰੇਟ ਆ? ਹਾਂ 120। ਪੰਪ ਨਹੀਂ ਆ ਜਾਂ ਬਸ? ਕਿਤਨੀ ਦੂਰ ਆ? ਕਿਤਨੀ ਦੂਰ ਆ ਜਾਂ ਪੰਪ? 100 ਕਿਲੋਮੀਟਰ। ਹਾਂਜੀ ਸ਼ਾਮ ਨੇੜੇ ਤੇੜੇ ਕੋਈ ਪੰਪ ਨਹੀਂ ਹੈਗਾ ਤੇ ਪਿੰਡ ਦਿਖਾਉਣੇ ਆ ਤੁਹਾਨੂੰ ਨਾਲ। ਆਹ ਦੇਖੋ ਪਹਿਲਾਂ ਦੱਸ ਕਿੱਡੀ ਰੀਝ ਨਾਲ ਬਣਾਈ ਆ ਜੀ, ਤੇ ਪੂਰਾ ਦੇਖਿਓ ਆਪਣੇ ਕੰਪੀਟੀਸ਼ਨਾਂ 'ਚ ਪੈ ਗਏ ਤੇ ਇੱਥੇ ਸਬਰ ਸੰਤੋਖ ਦੀ ਜ਼ਿੰਦਗੀ ਆ। ਅਤੇ ਆਪਾਂ ਸਮਾਲ ਆ, ਦੇਖ ਲਓ ਸ਼ੈੱਡ ਕਿੰਨਾ ਕਾ, ਇੱਥੇ ਖੜੇ ਆ ਬੱਚਾ। ਅੱਗੇ ਇਹਨਾਂ ਨਾਲ ਕਰਦੇ ਹਾਂ ਗੱਲਬਾਤ, ਇਹ ਦਿਖਾਉਂਦੇ ਹਾਂ ਸਾਰਾ। ਇਹ ਕੀ ਆ ਅਜਿਹਾ, ਇਹ ਕੀ ਆ? ਅੱਛਾ ਟਰੈਕਟਰ ਵਾਸਤੇ ਗੈਰਜ ਆ ਜੀ, ਟਰੈਕਟਰ ਵਾਲਾ। ਅੱਛਾ ਅੱਛਾ ਲਓ ਜੀ, ਦੇਖਦੇ ਰਹੋ ਦਿਖਾਉਂਦੇ ਹਾਂ ਪੂਰਾ ਸਾਨੂੰ। ਕਿਉਂ ਜੀ, ਮੈਂ ਕਿਹਾ ਆਪਣੇ ਤਾਂ ਕੰਪੀਟੀਸ਼ਨਾਂ 'ਚ ਵੜ ਗਏ ਹੈ ਨਾ, ਮੈਂ ਕਿਹਾ ਆਪਣੇ ਤਾਂ, ਮੈਂ ਕਿਹਾ ਇੱਕ ਨੇ 1 ਫੁੱਟ ਚੱਕ ਲਿਆ ਤਾਂ ਅਗਲਾ ਦੂਜਾ ਨਾਲ ਦੀ ਨਾਲ 2 ਫੁੱਟ ਚੱਕ ਲੈਂਦੇ ਆ। ਅੱਛਾ ਲਓ ਜੀ, ਆ ਜਾਓ ਦਿਖਾਉਂਦੇ ਹਾਂ ਮੈਸੀ। ਹੁਣੇ ਆਏ ਲਾਈਟ ਇਹ? ਅਸਲਾਮ ਵਾਲੇਕਮ ਜੀ, ਮੈਨੂੰ ਲੱਗਦਾ ਨਵੀਆਂ ਹੀ ਪਈ ਜਾਂਦੀਆਂ ਨਾ ਲਾਈਨਾਂ ਬਿਜਲੀ ਦੀਆਂ। ਨਹੀਂ ਗੱਲ ਹੋ ਕੇ ਲੈਣ, ਪਹਿਲੇ ਹੈ ਨਹੀਂ ਸੀ ਜਾਂ ਪੇ ਲਾਈਟ? ਅੱਛਾ ਕਿੱਥੋਂ ਟਾਈਮ ਹੋ ਗਿਆ ਲਾਈ ਦਿੰਦੇ? ਕਿੰਨੀ ਦੂਰ ਤੋਂ ਲੈ ਕੇ ਆਉਂਦੇ ਆ? ਕਿੰਨੀ ਦੂਰ ਤੋਂ? 6-7 ਕਿਲੋਮੀਟਰ। ਆ ਜਾਓ ਅੱਗੇ ਵੀ ਦੇਖੀਏ, ਹਮਾਰੇ ਪਾਸ ਤੋਂ ਲਗਭਗ ਪੰਜਾਬ ਬੱਚਾ ਖੋਚਾ ਗੰਗਾਨਗਰ ਬੀਕਾਨੇਰ ਜੈਸਲਮੇਰ ਕੋ ਕਿਆ ਮਿਲਦਾ? ਨਹੀਂ 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 ਨਹੀਂ, ਜੈਸਲਮੇਰ ਤੋਂ ਟੇਲ ਮੇ ਆ ਗਏ। ਨਹੀਂ ਫਿਰ ਤੁਹਾਨੂੰ ਪਤਾ ਕੋ ਨਹੀਂ ਬਈ ਜੀ, ਤੇ ਆਓ ਤੁਹਾਨੂੰ ਦਿਖਾਵਾ ਕੇ ਚੱਕਰ ਹੈ ਮਾਰੋ ਕੋ ਬਈ। ਵਾਂ ਬੀਕਾਨੇਰ ਗੰਗਾਨਗਰ ਵਾਂ 4-4 ਬਾਰੀਆਂ ਲੱਗ ਗਈ ਹਰਮਨਗੜ ਉਧਰ, ਹਮਾਰੇ ਕੋ ਵੀ ਦੂਸਰੀ ਬਾਰੀ ਨਹੀਂ ਲੱਗੀ ਮੁਰਬੋ ਮੇ। ਇਹ ਸਮੱਸਿਆ ਹੈ, ਹੈਲਮਟ 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 ਇਹ ਕੀ ਹੈ? ਇਹ ਤੇ ਐਸੇ ਉਹ ਹੈਲਮਟ ਹੀ ਹੈ। ਹਾਂ ਪੁਰਾਣੇ ਟਾਈਮ ਨੂੰ ਕਹੇ ਕਿ ਬਣਾਤੇ ਥੇ ਰੋਡ ਵਾਲੇ ਰੀ। ਠੀਕ ਹੈ ਠੀਕ ਹੈ, ਗ੍ਰਿਪ ਕਰ ਲਈ ਤੋ ਉਹ ਲਗਾ ਕੇ ਰੱਖਤੇ। ਕੀ ਖਾਤੇ ਬੱਕਰੀ ਜਰਾ ਬੱਕਰੀਆਂ ਇਹ ਝਾੜੀਆਂ ਖਾਤੇ ਹੈ ਕੁਝ ਚਾਰਾ ਡਾਲਤੇ ਹੈ ਬਸ। ਲਓ ਜੀ ਬੱਕਰੀਆਂ ਇੱਥੋਂ ਦੇਖ ਲਓ ਤੁਸੀਂ ਖਾਣ ਨੂੰ ਕੀ ਆ, ਤੇ ਝਾੜੀਆਂ ਝੁੜੀਆਂ ਇਹਨਾਂ ਨਾਲ ਹੀ ਚੱਲਦਾ ਕੰਮ। ਅੱਛਾ ਠੀਕ ਹੈ, ਪੜਿਆ ਹਾਂ ਠੀਕ ਹੈ, ਪੜਿਆ ਨਹੀਂ ਮਾਰ ਰਹਾ ਹੂੰ ਸਰ। ਚਾਹ ਬਣਾ ਨਾ? ਨਾ ਨਾ ਚਾਹ ਨਹੀਂ ਪੀਣੀ ਜੀ, ਚਾਹ ਪੀਣੀ ਆ। ਹਾਂ ਹਾਂ ਜੀ, ਇਹਨਾਂ ਦੀ ਖੁੱਲ੍ਹੀ ਸ਼ਾਂਤਮਈ ਸਬਰ ਸੰਤੋਖ ਦੀ ਜ਼ਿੰਦਗੀ ਆ, ਅਤੇ ਇਹਦੇ ਵਿੱਚ ਹੀ ਸਾਰੇ ਪਸ਼ੂ ਬਹਿ ਜਾਂਦੇ ਆ। ਰਾਜਸਥਾਨ ਦੇ ਲੌਂਗੇ ਵਾਲਾ ਦੇ ਕੋਲ ਆ ਸਮ, ਕਿਵੇਂ ਗਰਮੀ 'ਚ ਉੱਥੇ ਮੰਜਾ ਡਾ ਕੇ ਪੈਣਾ ਹੋਊ ਰਾਤ ਨੂੰ? ਗਰਮੀ ਮੈਂ ਕਿਤੇ ਦਿਨੇ ਆਦਾ ਦੁਪਹਿਰੇ ਕੱਲੇ ਰਾਤ ਰੋ। ਸਹੀ ਗੱਲ ਆ, ਕੰਬਲ ਬੰਨਣਾ ਪੈਣਾ ਤੁਹਾਨੂੰ ਰਾਤ ਨੂੰ ਹੀ ਉੱਡ ਜਾਂਦਾ ਹਾਂ, ਇੰਨੀ ਹਵਾ ਚੱਲਦੀ ਰਾਤ ਨੂੰ? ਹਵਾ ਚੱਲਦੀ ਹੈ, ਹਵਾ ਚੱਲਦੀ ਹੈ। ਓਕੇ
ਫੈਜੀ ਫਿਰ ਕੀ ਹੁਣ ਕੀ ਗਰਮੀਆਂ ਜੀ ਗਰਮੀਆਂ ਚ ਫਿਰ ਤੁਹਾਨੂੰ 12 ਵਜੇ ਤੋਂ ਬਾਅਦ ਫਿਰ ਤੁਹਾਨੂੰ ਕੰਬਲ ਲੈਣਾ ਪਊਗਾ ਅੱਛਾ ਅੱਛਾ ਠੰਡਾ ਹੋ ਜਾਂਦਾ ਠੰਡਾ ਹੋ ਜਾਂਦੀ ਸ਼ਾਮ ਕੋ ਠੰਡ ਪੜ ਜਾਂਦੀ ਰਾਤ ਕੋ ਬਹੁਤ ਠੰਡ ਹੁੰਦੀ ਗਰਮੀ ਮੇਂ ਵੀ ਹਾਂ ਗਰਮੀ ਮੇਂ ਤੋ ਲੂਹੇ ਚਲਤੀ ਹਾਂ ਨਹੀਂ ਰਾਤ ਕੋ ਰਾਤ ਨੂੰ ਠੰਡ ਹੋ ਜਾਏ ਰਾਤ ਕੋ ਠੰਡ ਹੋ ਜਾਏ ਰਾਤ ਕੋ ਥੋੜਾ ਠੰਡਾ ਹੋ ਜਾਏ ਗਰਮੀ ਬਹੁਤ ਪੜਦੀ ਹੈ ਬਈ ਗਰਮੀ ਤੋਂ ਬਹੁਤ ਅੱਛਾ ਲੂਹੇ ਚਲਤੀ ਹੈ ਫਿਰ ਕੋਈ ਸਾਸੂ ਵੀ ਹੈ ਨਹੀਂ ਤੁਹਾਡੇ ਕੋਲ ਕਿੱਥੇ ਕਿਵੇਂ ਕਰਦੇ ਜੀ ਸ਼ਾਮ ਕੋਈ ਦਰਖਤ ਵੀ ਸੁੱਖ ਵੀ ਹੈ ਨਹੀਂ इसमें पहले तो कच्चे होंगे सी चल जाता सी हूं तो मैं पक्के हो गए फिर गर्मी तंग बहुत करते हो मकान टैंकर बस बस चल दे।